अगर आपने हमारे चैनल को सब्सक्राइब नहीं किया है तो इसे सब्सक्राइब कर लें। सितंबर से बरनाला जेल के बाहर पक्का मोर्चा धरने पर बैठे मंजीत धनेर के समर्थकों दोबारा कुछ अपने तरीके से दशहरा बरनाला जेल के सामने मनाया गया और पंजाब सरकार और केंद्र सरकार के पुतले फूंके गए। किसानों का कहना, आज कुंडा पुलिस सियासी अदालती गठजोड़ तहत सच का कत्ल हो रहा है, यह धरना आज 9वें दिन में शामिल। आज पूरे हिंदुस्तान दे विच दशहरे दा त्यौहार मनाया जा रहा, समा भी हो चुका है। ਇਹ ਜਿਹੜਾ ਤਿਉਹਾਰ ਹੈ ਇਹ ਨੇਕੀ ਅਤੇ ਬਦੀ ਦਾ ਪ੍ਰਤੀਕ ਆ ਕਿ ਰਾਵਣ ਹੈ ਜਿਹੜਾ ਉਹਨੂੰ ਲੋਕਾਂ ਨੇ ਉਹਨੂੰ ਵੱਡਾ ਪੂਤਲਾ ਬਣਾ ਕੇ ਉਹਦੇ 'ਚ ਪੜਾਕੇ ਪਾ ਕੇ ਉਹਦੇ ਚੀਥੜੇ ਉਡਾਉਂਦੇ ਆ ਬਦੀ ਦੇ। ਅਤੇ ਜਿਹੜੀ ਸਾਡੀ ਲੜਾਈ ਹੈ ਇਹ ਵੀ ਨੇਕੀ ਔਰ ਬਦੀ ਦੀ ਲੜਾਈ ਆ। ਨੇਕੀ ਵਾਲੇ ਪਾਸੇ ਸਾਥੀ ਮਨਜੀਤ ਧਨੇਰ ਖੜਾ, ਉਹਦੇ ਨਾਲ ਐਕਸ਼ਨ ਕਮੇਟੀ ਖੜੀ ਆ, ਉਹਦੇ ਨਾਲ ਲੜਨ ਵਾਲੇ ਲੋਕ ਖੜੇ ਆ, ਲੱਖਾਂ ਲੋਕ ਆਉਂਦੇ ਆ ਜਾਂਦੇ ਆ ਇੱਥੇ ਧਰਨਿਆਂ ਦੇ ਵਿੱਚ। ਇਹ ਨੇਕੀ ਨਾਲ ਨੇਕੀ ਖਾਤਰ ਲੜਨ ਵਾਲੇ ਲੋਕ ਆ। ਦੂਜੇ ਪਾਸੇ ਜਿਹੜਾ ਬਦੀ ਦਾ ਪ੍ਰਤੀਕ ਹੈ ਉਹ ਇੱਥੋਂ ਦੇ ਗੁੰਡੇ ਆ, ਇੱਥੋਂ ਦੀ ਪੁਲਿਸ ਹੈ, ਇੱਥੋਂ ਦੇ ਸਿਆਸੀ ਲੋਕ ਹੈ, ਇੱਥੋਂ ਦੀਆਂ ਅਦਾਲਤਾਂ ਜਿਹੜੇ ਬਦੀ ਵਾਲੇ ਪਾਸੇ ਖੜੇ ਆ। ਅੱਜ ਅਸੀਂ ਇਹ ਜਿਹੜਾ ਸੁਨੇਹਾ ਦਿੱਤਾ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਜੰਗ ਅਸੀਂ ਲੜ ਰਹੇ ਹਾਂ ਇਹ ਕੋਈ ਆਰਥਿਕ ਮੰਗ 'ਤੇ ਨਹੀਂ, ਕੋਈ ਬੇਰੁਜ਼ਗਾਰੀ ਦੀ ਮੰਗ 'ਤੇ ਨਹੀਂ ਹੈ, ਸਿਰਫ ਅਤੇ ਸਿਰਫ ਇਨਸਾਫ ਲੈਣ ਲਈ ਹੈ ਕਿ ਨੇਕੀ ਨੂੰ ਸੱਚ ਨੂੰ ਫਾਂਸੀ ਦਿੱਤੀ ਗਈ ਆ। ਮਨਜੀਤ ਧਨੇਰ ਨੂੰ ਨਿਹੱਕੀ ਉਮਰ ਕੈਦ ਸਜ਼ਾ ਦਿੱਤੀ ਗਈ ਹੈ ਇਹ ਬਦੀ ਵਾਲੇ ਪਾਸਿਓਂ। ਇਸ ਕਰਕੇ ਅਸੀਂ ਇਹ ਪੂਤਲੇ ਜਿਹੜੇ ਰਾਵਣ ਰੂਪੀ ਸਰਕਾਰਾਂ, ਬੇਸ਼ੱਕ ਉਹ ਪੰਜਾਬ ਸਰਕਾਰ ਆ, ਬੇਸ਼ੱਕ ਉਹ ਮੋਦੀ ਦੀ ਸਰਕਾਰ ਆ, ਅੱਜ ਮੋਦੀ ਦੀ ਸਰਕਾਰ ਇੱਕ ਪਾਸੇ ਦੁਸਹਿਰੇ ਮਨਾ ਰਹੀ ਹੈ, ਦੂਜੇ ਪਾਸੇ ਲੱਖਾਂ ਲੋਕ ਜਿਹੜੇ ਕਸ਼ਮੀਰ ਦੇ ਆ ਉਹਨਾਂ ਨੂੰ ਪੁਲਿਸ ਲਾ ਕੇ, ਫੋਰਸਾਂ ਲਾ ਕੇ ਅਤੇ ਨੀਂਹ ਫੌਜੀ ਬਲਾਂ ਲਾ ਕੇ ਉਹ ਲੱਖਾਂ ਲੋਕਾਂ ਨੂੰ ਇੱਕ ਖੁੱਲ੍ਹੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ, ਅਤੇ ਦੂਜੇ ਪਾਸੇ ਉਹਦੀਆਂ ਤਾੜੀਆਂ ਵਜਾਈਆਂ ਜਾ ਰਹੀਆਂ ਕਿ ਅਸੀਂ ਕਸ਼ਮੀਰ ਨੂੰ ਆਜ਼ਾਦ ਕਰਾਤਾ, ਐਂ ਕਰਤਾ, ਜੋ ਕਰਤਾ। ਇਸ ਕਰਕੇ ਸੁਨੇਹਾ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਲੋਕੋ ਆਓ, ਸਾਡਾ ਸਾਥ ਦਿਓ, ਇਹ ਜਿਹੜੀ ਜੰਗ ਆ ਹੱਕ ਅਤੇ ਅਜੇ ਸੱਚ ਲਈ ਇਹ ਜੰਗ ਲੜ ਰਹੇ ਹਾਂ ਅਸੀਂ। ਨੇਕੀ ਅਤੇ ਬਦੀ ਦੀ ਲੜਾਈ ਹੈ, ਅੱਜ ਅਸੀਂ ਇਹ ਰਾਵਣ ਰੂਪੀ ਸਰਕਾਰਾਂ ਦਾ ਪੂਤਲਾ ਸਾੜ ਕੇ ਇਹ ਸੰਦੇਸ਼ ਪਹੁੰਚਾਇਆ ਲੋਕਾਂ ਤੱਕ ਠਹਿਰ ਕੇ। ਅੱਜ ਅਸੀਂ ਸਮੁੱਚੇ ਲੋਕਾਂ ਵੱਲੋਂ, ਖਾਸ ਤੌਰ 'ਤੇ ਅਸੀਂ ਮੁਲਾਜ਼ਮਾਂ ਵੱਲੋਂ ਇਹ ਸੁਨੇਹਾ ਲਾਇਆ ਹੋਇਆ ਸੀ ਕਿ ਅੱਜ ਅਸੀਂ ਇੱਥੋਂ ਦੀ ਸਰਕਾਰ, ਇੱਥੋਂ ਦੀਆਂ ਅਦਾਲਤਾਂ, ਇੱਥੋਂ ਦਾ ਗੁੰਡਾ ਗੱਠਜੋੜ, ਉਹਦੀਆਂ ਅਰਥੀਆਂ ਫੂਕਣੀਆਂ ਨੇ। ਅਸੀਂ ਜਿਹੜਾ ਰਵਾਇਤੀ ਦੁਸਹਿਰਾ ਉਹਦੇ 'ਚ ਸ਼ਾਮਲ ਨਾ ਹੋ ਕੇ ਅਸੀਂ ਜਿਹੜਾ ਲੋਕਾਂ ਵੱਲੋਂ ਇੱਥੇ ਦੁਸਹਿਰਾ ਮਨਾਇਆ ਜਾ ਰਿਹਾ, ਅੱਜ ਸੰਘਰਸ਼ ਕਮੇਟੀ ਵੱਲੋਂ ਇਸ ਦੁਸਹਿਰੇ ਦੇ ਵਿੱਚ ਸ਼ਾਮਲ ਹੋਏ ਹਾਂ। ਇਸ ਕਰਕੇ ਸ਼ਾਮਲ ਹੋਏ ਹਾਂ ਕਿ ਨੇਕੀ ਅਤੇ ਬਦੀ ਦੀ ਲੜਾਈ ਦਾ ਪ੍ਰਤੀਕ ਜਿਹੜਾ ਦੁਸਹਿਰਾ ਰਾਵਣ ਫੂਕਿਆ ਜਾਂਦਾ, ਇੱਥੇ ਵੀ ਬਿਲਕੁਲ ਉਵੇਂ ਨੇਕੀ ਨੂੰ ਸਜ਼ਾ ਹੋਈ ਹੈ ਅਤੇ ਬਦੀ ਹੈਗੀ ਆ ਜਿਹੜੀ ਉਹ ਪੂਰੀ ਚਮੜਾ ਹਟ 'ਚ ਹੈ। ਤਾਂ ਅਸੀਂ ਅੱਜ ਉਸ ਬਦੀ ਦੇ ਖਿਲਾਫ, ਉਹ ਬਦੀ ਦੇ ਪ੍ਰਤੀਕ ਨੇ ਜਿਹੜੇ ਇੱਥੋਂ ਦਾ ਮੋਦੀ ਅਮਰਿੰਦਰ, ਇੱਥੋਂ ਦਾ ਅਦਾਲਤੀ ਅਤੇ ਗੁੰਡਾ ਗੱਠਜੋੜ, ਉਸ ਸਾਰਿਆਂ ਨੂੰ ਇੱਕ ਕੜੀ ਵਜੋਂ ਅਸੀਂ ਉਹਨਾਂ ਨੂੰ ਜਲਾ ਕੇ ਇਹ ਸੁਨੇਹਾ ਭੇਜਣਾ ਚਾਹਿਆ ਕਿ ਤੁਸੀਂ ਅੱਜ ਰਾਵਣ ਦਾ ਰੂਪ ਧਾਰ ਚੁੱਕੇ ਹੋ, ਪਰਜਾ ਕੀ ਜਿਹੜੀ ਉਹ ਕਿਵੇਂ ਤੁਹਾਡੀ ਸਫਾਈ ਹੋਈ ਹੈ, ਕਿਵੇਂ ਤੁਸੀਂ ਹੱਕ ਸੱਚ ਇਨਸਾਫ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਨਿਹੱਕੀਆਂ ਸਜ਼ਾਵਾਂ ਦੇ ਕੇ ਕਿਵੇਂ ਸੱਚ ਦਾ ਗਲਾ ਤੁਸੀਂ ਘੁੱਟਣ ਵੱਲ ਜਾ ਰਹੇ ਹੋ, ਤਾਂ ਇੱਥੋਂ ਦੇ ਅਣਖੀ ਲੋਕ ਨੇ ਜਿਹੜੇ ਉਹ ਤੁਹਾਡੀਆਂ ਇਹ ਨਹੀਂ ਚੱਲਣ ਦੇਣਗੀਆਂ ਦੇਣਗੇ। ਸੋ ਇਸੇ ਕਰਕੇ ਅਸੀਂ ਅੱਜ ਇਸ ਦੁਸਹਿਰੇ ਦੇ ਤਿਉਹਾਰ ਨੂੰ ਇੱਥੋਂ ਦੀਆਂ ਹਾਕਮ ਜਮਾਤਾਂ ਦੇ ਪੁਤਲੇ ਫੂਕ ਕੇ ਆਪਦਾ ਰੋਸ ਆ ਜਿਹੜਾ ਉਹ ਦਰਜ ਕਰਾਇਆ ਅਤੇ ਮਨਜੀਤ ਧਨੇਰ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਜਿਹੜੀ ਮੰਗ ਹੈ ਉਹ ਕਰ ਲਈ। ਅਸੀਂ ਅੱਜ ਜਿਹੜਾ ਪਿਸਤਲਾ ਫੂਕਿਆ ਹੈ, ਅਸੀਂ ਨੇਕੀ ਅਤੇ ਬਦੀ ਦੇ ਖਿਲਾਫ ਅਸੀਂ ਉਹ ਲੜਾਈ ਦਾ ਪੁਤਲਾ ਫੂਕਿਆ ਹੈ ਕਿ ਨੇਕੀ ਦੀ ਲੜਾਈ ਬਦੀ ਦੇ ਖਿਲਾਫ ਹੈ। ਜਿਹੜੀ ਰਾਵਣ ਦੀ ਲੜਾਈ ਹੈ ਉਹ ਵੀ ਨੇਕੀ ਅਤੇ ਬਦੀ ਵਾਲੀ ਲੜਾਈ ਵਜੋਂ ਪੇਸ਼ ਕੀਤੀ ਜਾਂਦੀ ਹੈ। ਅਸਲ ਵਿੱਚ ਅੱਜ ਦੇ ਰਾਵਣ ਨੇ ਜਿਹੜੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਜੇਲ੍ਹਾਂ 'ਚ ਡੱਕ ਕੇ ਉਹਨਾਂ 'ਤੇ ਜ਼ਬਰ ਕਰ ਰਹੇ ਨੇ। ਅਸੀਂ ਉਹਨਾਂ ਜਾਵਰਾਂ ਦਾ ਪੁਤਲਾ ਫੂਕਿਆ ਜਿਹੜੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਕੇ ਜਿਹੜਾ ਮਾਸੂਮ ਬੱਚਿਆਂ 'ਤੇ ਬਲਾਤਕਾਰ ਦੇ ਕੇਸ ਕਰਕੇ ਉਹਨਾਂ ਦੇ ਕਤਲ ਕਰਨ ਵਾਲੇ ਮੁਰਜਮ ਨੇ, ਗੁੰਡੇ ਨੇ, ਜਿਹੜੀਆਂ ਸਰਕਾਰਾਂ ਉਹਨਾਂ ਦੇ ਪੱਖ 'ਚ ਖੜ ਕੇ ਸਾਡੇ ਆਗੂਆਂ ਨੂੰ ਜੇਲ੍ਹਾਂ 'ਚ ਡੱਕ ਰਹੀਆਂ ਨੇ, ਅਸੀਂ ਉਹਨਾਂ ਦੇ ਕਿਰਦਾਰ ਦਾ ਪੁਤਲਾ ਫੂਕਿਆ। ਅਸੀਂ ਰਾਵਣ ਉਹਨਾਂ ਨੂੰ ਮੰਨਦੇ ਹਾਂ ਜਿਹਦੇ ਰਾਵਣ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਲੇ ਲੋਕਾਂ ਦੇ ਖਿਲਾਫ
ਅਸੀਂ ਆਪਦੀ ਆਵਾਜ਼ ਉੱਚੀ ਕਰਕੇ ਅੱਜ ਲੋਕਾਂ ਨੂੰ ਦੱਸ ਰਿਹਾ ਕਿ ਹੱਕ ਸੱਚ ਦੀ ਲੜਾਈ ਤਾਂ ਭਰਾਵੋ ਆ ਹੈ, ਅਸਲੀ ਰਾਵਣ ਤਾਂ ਆ ਨੇ ਜਿਹੜੇ ਅਸੀਂ ਅੱਜ ਫੂਕੇ ਆ। ਕੋਈ ਇਹ ਕੰਮ ਸਰਕਾਰ ਦਾ, ਸਰਕਾਰ ਨੇ ਸੋਚਣਾ, ਸਰਕਾਰਾਂ ਦੇ ਨਾਲ ਸਾਡੀ ਲੜਾਈ ਆ। ਸਾਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਕੁਛ ਵੀ ਮਿਲਦਾ ਲੜ ਕੇ ਮਿਲਦਾ, ਅੱਜ ਤੱਕ ਜੋ ਕੁਛ ਵੀ ਲਿਆ ਉਹ ਲੜ ਕੇ ਲਿਆ, ਸਰਕਾਰ ਤੋਂ ਲੈ ਕੇ ਰਹਾਂਗੇ, ਸਾਨੂੰ ਇਸ ਗੱਲ ਦਾ ਪਤਾ ਹੈ। ਅਸੀਂ ਸਭ ਤੋਂ ਵੱਡੀ ਗੱਲ ਹਾਸਲ ਕਰਨ ਦੇ ਵਿੱਚ ਇਹ ਕਾਮਯਾਬ ਹੋਏ ਹਾਂ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਨਿਹੱਕੇ ਬੰਦੇ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਵੇ, ਉਹਦੀ ਖਾਤਰ ਐਡੀ ਵੱਡੀ ਗਿਣਤੀ ਲੋਕ ਇਕੱਠਾਂ ਦੇ ਸੜਕਾਂ 'ਤੇ ਆਏ ਹੋਣ ਅਤੇ ਐਡਾ ਵੱਡਾ ਮੋਰਚਾ ਲੱਗਿਆ ਹੋਵੇ। ਅਸੀਂ ਆਪਣੀ ਇਸ ਗੱਲ ਕਰਨ ਦੇ ਵਿੱਚ, ਇਹਨੂੰ ਸ਼ੁਰੂ ਕਰਨ ਦੇ ਵਿੱਚ ਕਾਮਯਾਬ ਹੋਇਆ। ਸਾਡਾ ਅੱਜ 9 ਦਿਨਾਂ ਦਾ ਮੋਰਚਾ ਇੱਥੇ ਹੋ ਗਿਆ ਚੱਲਦਿਆਂ ਨੂੰ, 7 ਦਿਨ ਇਹ ਪਟਿਆਲੇ ਚੱਲਿਆ, ਅਸੀਂ 16 ਦਿਨਾਂ ਤੋਂ ਮੋਰਚੇ ਦੇ ਵਿੱਚ ਹਾਂ ਅਤੇ ਅਸੀਂ ਇਹ ਮੋਰਚੇ ਨੂੰ ਲੰਬਾ ਲਿਜਾਵਾਂਗੇ ਅਤੇ ਪੰਜਾਬ ਦੇ ਚੁੱਲ੍ਹੇ ਚੁੱਲ੍ਹੇ ਤੱਕ ਗੱਲ ਪਹੁੰਚਾ ਕੇ ਬੱਚੇ ਬੱਚੇ ਨੂੰ ਸੰਘਰਸ਼ਾਂ ਦੇ ਵਿੱਚ ਝੋਕ ਦਿਆਂਗੇ। ਦੇਖੋ ਜੀ, ਸਰਕਾਰ ਅਣਦੇਖੀ ਕਰ ਲਵੇ, ਉਹ ਆਪਦੀ ਪੜ੍ਹੀ ਵਿਚਾਰ ਲਏ। ਸਰਕਾਰ ਨੇ ਵਾਧਾ ਘਾਟਾ, ਸਰਕਾਰ ਅਕਸਰ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ, ਲੋਕਾਂ 'ਚੋਂ ਹੋਈ ਹੈ, ਲੋਕਾਂ ਦੇ ਉੱਤੇ ਰਾਜ ਕਰਨਾ, ਕੱਲ੍ਹ ਨੂੰ ਵੀ ਲੋਕਾਂ 'ਚ ਆਉਣਾ। ਜਦੋਂ ਲੋਕਾਂ ਨੂੰ ਇਹ ਹੱਕ ਸੱਚ ਦੀ ਆਵਾਜ਼ ਅਸੀਂ ਦੱਸਾਂਗੇ ਤਾਂ ਲੋਕ ਉਹ ਤੋਂ ਜਵਾਬ ਮੰਗਣਗੇ ਜਿਹੜਾ ਉਹਨਾਂ ਤੋਂ ਜਵਾਬ ਦਿੱਤਾ ਨਹੀਂ ਜਾਣਾ। ਜੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਕਿਵੇਂ ਸਾਡੀਆਂ ਸਰਕਾਰਾਂ ਜਿਹੜੇ ਸਾਡੇ ਨਿਹੱਥੇ ਲੋਕ ਨੇ ਜਿਹੜੇ ਸੱਚੀ ਮੁੱਚੀ ਇਨਸਾਫ ਦੀ ਮੰਗ ਕਰਦੇ ਨੇ, ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ। ਮਨਜੀਤ ਮੇਹਰ ਵਰਗੇ ਜਿਹੜੇ ਕੁੜੀਆਂ ਦੀ ਰਾਖੀ ਲਈ ਡਟ ਕੇ ਸਾਹਮਣੇ ਆਉਂਦੇ ਨੇ, ਕਿਵੇਂ ਸਰਕਾਰਾਂ ਝੂਠੇ ਆਰੋਪ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀਆਂ ਨੇ। ਇੱਕ ਪਾਸੇ ਸਾਡੀ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਜਦੋਂ ਲੋਕ ਇਸ ਗੱਲ ਨੂੰ ਅਮਲ ਵਿੱਚ ਲੈ ਕੇ ਆਉਂਦੇ ਤਾਂ ਕਿਉਂ ਸਰਕਾਰਾਂ ਆਪਣੇ ਹੀ ਗੱਲ ਤੋਂ ਪਿੱਛੇ ਮੁੜਦੇ ਹਨ? ਇਸ ਲਈ ਅਸੀਂ ਇੱਥੇ ਦੁਸ਼ਹਿਰੇ ਦੇ ਮੌਕੇ 'ਤੇ ਇਕੱਠੇ ਹੋਏ ਹਾਂ, ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਰਾਵਣ ਦਾ ਦੂਜਾ ਰੂਪ ਹੈ। ਇਸ ਲਈ ਅੱਜ ਅਸੀਂ ਰਾਵਣ ਦੇ ਰੂਪ 'ਚ ਇੱਥੇ ਪ੍ਰਸ਼ਾਸਨ ਦੀਆਂ ਫੋਟੋਆਂ ਸਾਡੇ ਜਾ ਰਹੀ ਹੈ। अगर आपने हमारे चैनल को सब्सक्राइब नहीं किया है तो इसे सब्सक्राइब कर लें।